ਸੋ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ। ਹਰਿਆਣਾ ਦੇ ਵਿੱਚ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਹੈ ਅਤੇ ਅੱਜ ਕੱਲ੍ਹ ਰਾਜਨੀਤਿਕ ਪਾਰਟੀਆਂ ਭਾਵੇਂ ਭਾਜਪਾ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਆਪਣੇ ਉਮੀਦਵਾਰ ਮੈਦਾਨ 'ਚ ਉਤਾਰ ਰਹੀਆਂ ਨੇ ਔਰ ਅਜਿਹੇ ਉਤਾਰ ਰਹੀਆਂ ਨੇ ਕਿ ਸਾਡੀ ਪਾਰਟੀ ਦਾ ਬੰਦਾ ਜਿਹੜਾ ਜਿੱਤ ਕੇ ਆਵੇ ਅਤੇ ਅਸੀਂ ਆਪਣੀ ਸਰਕਾਰ ਬਣਾਈਏ। ਇਸੇ ਵਿੱਚ ਬੜੀ ਇੰਟਰਸਟਿੰਗ ਇੱਕ ਅਪਡੇਟ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਏ ਹਾਂ। ਦੁਨੀਆ ਭਰ ਦਰਸ਼ਕ ਜਿਹੜੇ ਸਾਨੂੰ ਦੇਖ ਰਹੇ ਨੇ ਕਿ ਉਹ ਸ਼ਖਸ ਜਿਸ ਨੂੰ ਵਾਰ ਵਾਰ ਜਿਹੜਾ ਹੈਗਾ ਪੈਰੋਲ ਮਿਲਦੀ ਰਹੀ, ਭਾਵ ਸੁਨਾਰੀਆ ਜੇਲ੍ਹ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ, ਜਿਹਨੂੰ ਵਾਰ ਵਾਰ ਪੈਰੋਲ ਮਿਲਦੀ ਰਹੀ ਜਾਂ ਦੂਜੇ ਸ਼ਬਦਾਂ 'ਚ ਕਹੀਏ ਫਰਲੋ ਮਿਲਦੀ ਰਹੀ, ਉਹ ਪੈਰੋਲ ਦੇਣ ਵਾਲਾ ਅਫਸਰ ਵੀ ਹੁਣ ਰਾਜਨੀਤੀ ਵਿੱਚ ਆ ਗਿਆ ਔਰ ਹੋਰ ਕਿਸੇ ਨੇ ਨਹੀਂ, ਭਾਰਤੀ ਜਨਤਾ ਪਾਰਟੀ ਭਾਜਪਾ ਨੇ ਉਹਨੂੰ ਆਪਣਾ ਉਮੀਦਵਾਰ ਬਣਾ ਦਿੱਤਾ, ਟਿਕਟ ਦੇ ਦਿੱਤੀ ਹੈ ਔਰ ਐਤਕੀ ਉਹ ਬਕਾਇਦਾ ਨੌਕਰੀ ਛੱਡ ਕੇ ਰਿਟਾਇਰ ਨਹੀਂ ਹੋਇਆ ਸੀ ਹਾਲੇ, ਉਹ 3 ਸਾਲ ਦੀ ਨੌਕਰੀ ਦੀ ਬਾਕੀ ਸੀਗੀ, ਨੌਕਰੀ ਛੱਡ ਕੇ VRS ਲੈ ਕੇ ਵਲੰਟਰੀ ਰਿਟਾਇਰਮੈਂਟ ਸਰਵਿਸ ਲੈ ਕੇ ਉਹ ਚੋਣ ਦੇ ਵਿੱਚ ਆ ਰਿਹਾ। ਉਹ ਇੱਕ ਵਿਧਾਇਕ ਦਾ ਹੀ ਪੁੱਤਰ ਹੈਗਾ ਔਰ ਵਾਰ ਵਾਰ ਉਸਨੇ ਅੱਧੀ ਦਰਜਨ ਵਾਰੀ ਜਿਹੜਾ ਰਾਮ ਰਹੀਮ ਨੂੰ ਆਪਣਾ ਜਿਹੜਾ ਹੈਗਾ ਪੈਰੋਲ ਦਿੱਤੀ ਸੀਗੀ। ਜਦੋਂ ਵੀ ਰਾਮ ਰਹੀਮ ਨੂੰ ਪੈਰੋਲ ਮਿਲਦੀ ਸੀ UP ਦੇ ਆਪਣੇ ਬਾਗਪਤ ਵਾਲੇ ਆਸ਼ਰਮ ਚਲਾ ਜਾਂਦਾ ਸੀਗਾ। ਉਸ ਸ਼ਖਸ ਦਾ ਨਾਂ ਹੈ ਸੁਨਾਰੀਆ ਜੇਲ੍ਹ ਦਾ ਜੇਲਰ ਸੁਨੀਲ ਸਾਂਗਵਾਨ। 2 ਦਹਾਕਿਆਂ ਦੀ ਉਹਨਾਂ ਨੌਕਰੀ ਹੋ ਗਈ ਸੀ, 22 ਸਾਲ ਦਾ ਨੌਕਰੀ ਕਰ ਲਈ ਮਹਿਕਮੇ ਦੇ ਵਿੱਚ, ਮੌਜੂਦਾ ਸਮੇਂ ਉਹ ਬੀਤੇ 5 ਸਾਲ ਤੋਂ ਸੁਨਾਰੀਆ ਜੇਲ੍ਹ ਦੇ ਜੇਲਰ ਸਨ ਅਤੇ ਇਹਨਾਂ 5 ਸਾਲਾਂ 'ਚ 6 ਵਾਰ ਜੇਕਰ ਰਾਮ ਰਹੀਮ ਬਾਹਰ ਆਇਆ ਤਾਂ ਇਸੇ ਅਫਸਰ ਦੀ ਹਾਂ ਹੋਈ ਸੀ, ਭਾਵ ਇਸੇ ਅਫਸਰ ਦੀ ਮਿਹਰਬਾਨੀ ਹੋਈ ਸੀ ਅਤੇ ਭਾਜਪਾ ਨੇ ਹੀ ਤੋਹਫ਼ਾ ਦਿੱਤਾ, ਨੌਕਰੀ ਛੁਡਵਾਈ, VRS ਲਈ ਅਤੇ ਸਿੱਧਾ ਹੀ ਉਮੀਦਵਾਰ ਬਣਾ ਦਿੱਤਾ। ਦਰਦੀ ਜਿਹੜੇ ਚਰਖੀ ਦਾਦਰੀ ਜਿਹੜਾ ਉੱਥੇ ਵਿਧਾਨ ਸਭਾ ਹਲਕਾ ਹੈਗਾ, ਉੱਥੋਂ ਇਹ ਚੋਣ ਲੜਨਗੇ ਭਾਜਪਾ ਦੀ ਟਿਕਟ 'ਤੇ ਔਰ ਕੱਟਿਆ ਕਿਹਨੂੰ ਗਿਆ, ਕੱਟਿਆ ਗਿਆ ਜਿਹੜਾ ਪਹਿਲਵਾਨ 4 ਭੈਣਾਂ ਹੈਗੀਆਂ ਨੇ ਆਪਣਾ ਬਬੀਤਾ ਫੋਗਾਟ, ਵਿਨੇਸ਼ ਫੋਗਾਟ, ਮਹਾਵੀਰ ਸਿੰਘ ਫੋਗਾਟ ਦੀਆਂ 4 ਧੀਆਂ, ਉਹਨਾਂ 'ਚੋਂ ਇੱਕ ਜਿਹੜੀ ਹੈਗੀ ਹੈ ਬਬੀਤਾ ਫੋਗਾਟ, ਜਿਹੜੀ ਪਿਛਲੀ ਵਾਰੀ ਇੱਥੋਂ ਚੋਣ ਲੜੀ ਸੀ, ਜਿੱਤ ਨਹੀਂ ਪਾਈ ਸੀ ਪਰ ਐਤਕੀ ਉਹਦੀ ਚਾਂਸ ਬਣ ਰਹੀ ਸੀ, ਉਹਨੂੰ ਟਿਕਟ ਦਿੱਤੀ ਜਾਏਗੀ, ਉਹਨੂੰ ਕੱਟ ਕੇ ਟਿਕਟ ਸੁਨੀਲ ਸਾਂਗਵਾਨ ਨੂੰ ਦਿੱਤੀ ਗਈ ਹੈ। ਜਾਂ ਕਹੀਏ ਆਪਾਂ ਸੁਨੀਲ ਸਾਂਗਵਾਨ ਦੇ ਪਿਤਾ ਜਿਹੜੇ ਨੇ ਸਤਪਾਲ ਸਾਂਗਵਾਨ, ਉਹ ਵੀ ਪਹਿਲਾਂ ਕਾਂਗਰਸ 'ਚ ਹੁੰਦੇ ਸੀ, ਲੋਕ ਸਭਾ ਜਿਹੜੀਆਂ ਚੋਣਾਂ ਹੋਈਆਂ ਕਾਂਗਰਸ ਛੱਡ ਕੇ ਭਾਜਪਾ 'ਚ ਆਏ, ਪਹਿਲਾਂ MLA ਰਹਿ ਚੁੱਕੇ ਨੇ, ਵਿਧਾਇਕ ਰਹਿ ਚੁੱਕੇ ਨੇ MLA, ਅਤੇ ਹੁਣ ਜਾ ਕੇ ਉਹਨਾਂ ਦੇ ਪੁੱਤਰ ਸੁਨੀਲ ਸਾਂਗਵਾਨ ਨੂੰ ਇਹ ਟਿਕਟ ਦਿੱਤੀ ਗਈ ਹੈ। ਸਤਪਾਲ ਸਾਂਗਵਾਨ ਦੇ ਜੇਲਰ ਸੀਗੇ ਸੁਨਾਰੀਆ ਜੇਲ੍ਹ ਦੇ, ਕਿਤੇ ਨਾ ਕਿਤੇ ਕਨੈਕਸ਼ਨ ਕਲੀਅਰ ਹੋ ਗਿਆ ਬਈ, ਜੇਕਰ ਰਾਮ ਰਹੀਮ ਨੂੰ ਪੈਰੋਲ ਮਿਲਦੀ ਰਹੀ ਤਾਂ ਇਸ ਦੀ ਵਜ੍ਹਾ ਕੀ ਸੀਗੀ? ਉਹੀ ਗੱਲ ਕਿ ਉਹ ਉਹਦੇ ਪਿਤਾ ਜੀ ਭਾਜਪਾ ਦੇ ਵਿੱਚ ਭਾਵੇਂ ਹੁਣ ਆਏ ਨੇ ਅਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ, ਪਹਿਲਾਂ ਵੀ ਪੈਰੋਲ ਮਿਲਦੀ ਰਹੀ, ਕਿਤੇ ਨਾ ਕਿਤੇ ਭਾਜਪਾ ਦਾ ਜਿਹੜਾ ਆਪਾਂ ਕਹੀਏ ਭਾਰ ਦਬਾਅ ਇਹ ਜੇਲਰ ਝੱਲਦਾ ਰਿਹਾ ਸੀਗਾ ਅਤੇ ਚੋਣਾਂ ਆਉਂਦਿਆਂ ਹੀ, ਆਪਾਂ ਇਹ ਨਾ ਕਹੀਏ ਨੌਕਰੀ ਖਤਮ ਹੁੰਦਿਆਂ ਹੀ, ਚੋਣਾਂ ਆਉਂਦਿਆਂ ਹੀ ਉਹਨਾਂ ਨੂੰ ਇਸ ਚੀਜ਼ ਦਾ ਜਿਹੜਾ ਤੋਹਫ਼ਾ ਵੀ ਦੇ ਦਿੱਤਾ ਗਿਆ ਕਿ ਤੁਸੀਂ ਬਾਹਰ ਨੌਕਰੀ ਛੱਡੋ ਅਤੇ ਤੁਹਾਡੇ ਲਈ ਟਿਕਟ ਤਿਆਰ ਹੈ। ਸੁਨੀਲ ਸਾਂਗਵਾਨ ਨੂੰ ਟਿਕਟ ਮਿਲ ਗਈ ਹੈ, ਚੋਣ ਵੀ ਲੜਨਗੇ, ਲੋਕ ਸਾਥ ਦਿੰਦੇ ਨੇ ਕਿ ਨਹੀਂ ਦਿੰਦੇ ਇਹ ਜ਼ਰੂਰ ਦੇਖਣਾ ਬਾਕੀ ਹੋਵੇਗਾ, ਪਰ ਤੁਸੀਂ ਇਹ ਜ਼ਰੂਰ ਸੋਚਿਓ ਕਿ ਬਬੀਤਾ ਫੋਗਾਟ ਭੈਣ ਜਿਹੜੀ ਹੈ ਉਹਨੂੰ ਕੱਟ ਕੇ, ਉਹਨੂੰ ਛੱਡ ਕੇ, ਇੱਕ ਦੂਜੀ ਪਾਰਟੀ ਛੱਡ ਕੇ ਆਏ ਨੂੰ ਜਿਹੜਾ ਟਿਕਟ ਦਿੱਤੀ ਗਈ ਹੈ, ਅਤੇ ਟਿਕਟ ਦੇਣ ਦੇ ਨਾਲ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲੇ ਮੁੱਦਾ ਚੁੱਕ ਲਿਆ ਕਿ ਦੇਖੋ ਭਾਜਪਾ ਕਿਹੋ ਜਿਹੀ ਪਾਰਟੀ ਹੈ, ਬਲਾਤਕਾਰੀ
ਸੌਦਾ ਸਾਧ ਨੂੰ ਉਹ ਬਾਰ ਬਾਰ ਪੈਰੋਲ ਵੀ ਦਵਾਉਂਦੇ ਨੇ, ਬਾਰ ਬਾਰ ਜੇਲ੍ਹ 'ਚੋਂ ਬਾਹਰ ਕਢਾਉਂਦੇ ਨੇ, ਅਤੇ ਫਿਰ ਪੈਰੋਲ ਦੇਣ ਵਾਲੇ ਅਫਸਰ ਨੂੰ, ਜੇਲਰ ਨੂੰ ਜਿਹਦੇ ਸਾਈਨਾਂ 'ਤੇ, ਜਿਹਦੇ ਕਹੇ 'ਤੇ ਪੈਰੋਲ ਮਿਲਦੀ ਹੈ, ਉਹਨੂੰ ਟਿਕਟ ਤੱਕ ਦਿੱਤੀ ਜਾ ਰਹੀ ਹੈ। ਸੋ ਭਾਜਪਾ ਰਾਮ ਰਹੀਮ ਦਾ ਸਾਰਾ ਕਨੈਕਸ਼ਨ, ਜੇਲ੍ਹ ਕਨੈਕਸ਼ਨ, ਪੈਰੋਲ ਮਿਲਣ ਦੀ ਜਿਹੜੀ ਹੈ ਇਸ ਗੱਲ 'ਤੇ ਮੋਹਰ ਲੱਗ ਗਈ ਕਿ ਕਿੱਦਾਂ ਜਿਹੜਾ ਹੈਗਾ ਸੀਗਾ ਇਹ ਰਾਮ ਰਹੀਮ ਬਾਹਰ ਆਉਂਦਾ। ਇੱਕ ਵਾਰ ਫਿਰ ਦੱਸ ਰਹੇ ਹਾਂ, ਸੁਨੀਲ ਸਾਂਗਵਾਨ ਕਾਂਗਰਸੀ ਲੀਡਰ ਸੀ ਕਿਸੇ ਸਮੇਂ, ਹੁਣ ਭਾਜਪਾ 'ਚ ਨੇ, ਸਤਪਾਲ ਸਾਂਗਵਾਨ MLA ਰਹੇ ਨੇ, ਉਹਨਾਂ ਦਾ ਪੁੱਤਰ ਹੈਗਾ, ਜੇਲਰ ਸੀਗਾ, 20-22 ਸਾਲ ਨੌਕਰੀ ਕੀਤੀ ਬਤੌਰ ਜੇਲਰ, 5 ਸਾਲ ਤੋਂ ਸੁਨਾਰੀਆ ਜੇਲ੍ਹ ਸੀਗਾ। ਅੱਧੀ ਦਰਜਨ ਵਾਰ ਜਿਹੜਾ ਰਾਮ ਰਹੀਮ ਬਾਹਰ ਆਇਆ, ਇਸੇ ਅਫਸਰ ਦੀ ਮਿਹਰਬਾਨੀ ਹੁੰਦੀ ਸੀ। ਅਤੇ ਭਾਜਪਾ ਨੇ ਵੀ, ਆਪਾਂ ਜੇ ਗੱਲ ਕਰੀਏ ਤਾਂ ਇੱਕ ਦਹਾਕੇ ਤੋਂ ਭਾਜਪਾ ਦੀ ਸਰਕਾਰ ਹਰਿਆਣਾ ਦੇ ਵਿੱਚ ਹੈਗੀ ਹੈ, ਅਤੇ ਜਿਸ ਕਰਕੇ ਰਾਮ ਰਹੀਮ ਨੂੰ ਪੈਰੋਲ ਲਗਾਤਾਰ ਮਿਲਦੀ ਆ ਰਹੀ ਸੀਗੀ। ਸੋ ਵੱਡੀ ਅਪਡੇਟ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਕਿ ਬਬੀਤਾ ਫੋਗਾਟ ਨੂੰ ਕੱਟ ਕੇ ਸੁਨੀਲ ਸਾਂਗਵਾਰ ਜੇਲਰ ਦੀ VRS ਦਵਾ ਕੇ ਉਹਨੂੰ ਟਿਕਟ ਦਿੱਤੀ ਗਈ ਹੈ। ਭਾਜਪਾ ਦਾ ਇਹ ਫੈਸਲਾ ਸਹੀ ਹੈ ਜਾਂ ਨਹੀਂ, ਤੁਸੀਂ ਆਪਣੇ ਕਮੈਂਟਸ ਦੇ ਵਿੱਚ ਜ਼ਰੂਰ ਦੱਸਣਾ। ਨਵੀਆਂ ਅਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਕਰੋਲ ਪੰਜਾਬ ਨਾਲ। ਹੁਣ ਦਿਓ ਬਲਜੀਤ ਪਰਵਾਹ ਨੂੰ ਇਜਾਜ਼ਤ, ਧੰਨਵਾਦ।